ਗੱਲ ਕਰਾਂਗੇ ਭਾਰਤ ਤੇ ਤਾਲਿਬਾਨ ਦੀ ਭਾਰਤ ਤੇ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਿਚਾਲੇ ਗੱਲਬਾਤ ਜਿਹੜੀ ਆ ਦੋਹਾ ਕਤਰ ਤੇ ਚੱਲ ਰਹੀ ਆ ਭਾਰਤ ਨੂੰ ਇਸ ਵੇਲੇ ਵੱਡਾ ਤੌਖਲਾ ਫਿਕਰ ਇਹ ਹੈਗਾ ਕਿ ਜਿਹੜੇ ਤਾਲਿਬਾਨ ਆ ਉਹ ਸੈਟਲ ਹੋ ਕੇ ਅਫਗਾਨਿਸਤਾਨ ਦੇ ਵਿੱਚ ਕਿਤੇ ਕਸ਼ਮੀਰ ਵਿੱਚ ਨਾ ਵੜਨ ਸਾਡੀ ਸੁਰੱਖਿਆ ਨੂੰ ਖਤਰਾ ਜਿਹੜਾ ਆ ਉਹ ਕਿਤੇ ਨਾ ਹੋ ਜਵੇ ਇਸ ਕਰਕੇ ਭਾਰਤ ਜਿਹੜਾ ਵਾਰ-ਵਾਰ ਤਾਲਿਬਾਨ ਕੋਲੇ ਮੰਗ ਠਾ ਰਿਹਾ ਹੈ ਕਿ ਸਾਡੇ ਨਾਲ ਗੱਲਬਾਤ ਕਰਕੇ ਯਕੀਨੀ ਬਣਾਓ ਕਿ ਅਫਗਾਨਿਸਤਾਨ ਦੀ ਧਰਤੀ ਜਿਹੜੀ ਆ ਭਾਰਤ ਤੇ ਹਮਲਿਆਂ ਦੇ ਵਾਸਤੇ ਨਹੀਂ ਵਰਤੀ ਜਾਊਗੀ ਹਾਲਾਂਕਿ ਤਾਲਿਬਾਨ ਨੇ ਕੱਲ ਬਾਰ-ਬਾਰ ਕਹਿ ਚੁੱਕੇ ਆ ਕਿ ਉਹ ਭਾਰਤ ਸਮੇਤ ਸਾਰੇ ਹੀ ਮੁਲਕਾਂ ਦੇ ਨਾਲ ਦੋਸਤੀ ਚਾਹੁੰਦੇ ਆ ਉਹ ਅਫਗਾਨਿਸਤਾਨ ਦਾ ਵਿਕਾਸ ਕਰਨਾ ਚਾਹੁੰਦੇ ਆ ਪਰ ਫਿਰ ਵੀ ਕਿਦਰ ਨਾ ਕਿਤੇ ਲੱਗਦਾ ਏਜੰਸੀਆਂ ਨੂੰ ਕਿ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਕਰਨ ਦੀਆਂ ਹੋਰ ਹੁੰਦੀਆਂ ਹਾਥੀ ਦੇ ਦੰਦ ਜਿਹੜੇ ਆ ਉਹ ਖਾਣ ਵਾਲੇ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਹੁਣ ਤਾਲਿਬਾਨ ਨੇ ਇਹ ਗੱਲ ਕਹਿ ਕੇ ਫਿਕਰ ਵਧਾ ਦਿੱਤਾ ਉਹ ਕਹਿੰਦੇ ਵੀ ਕਸ਼ਮੀਰੀ ਮੁਸਲਮਾਨਾਂ ਦੇ ਹੱਕ ਵਿੱਚ ਬੋਲਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਉਹ ਕਹਿੰਦੇ ਵੀ ਦੁਨੀਆ ਸਮੇਤ ਮੁਸਲਮਾਨ ਚਾਹੇ ਕਸ਼ਮੀਰ 'ਚ ਰਹਿੰਦੇ ਆ ਚਾਹੇ ਕਿਤੇ ਹੋਰ ਰਹਿੰ ਜੇ ਉਹਨਾਂ ਦੇ ਨਾਲ ਤੱਕਾ ਹੁੰਦਾ ਤਾਂ ਸਾਨੂੰ ਉਹਨਾਂ ਦੇ ਹੱਕ 'ਚ ਖੜਨ ਦਾ ਉਹਨਾਂ ਦੇ ਹੱਕ 'ਚ ਬੋਲਣ ਦਾ ਜਿਹੜਾ ਹੱਕ ਹੈਗਾ ਜੀ ਉਹ ਕਹਿੰਦੇ ਅਸੀਂ ਕਿਸੇ ਮੁਲਕ ਦੇ ਖਿਲਾਫ ਹਥਿਆਰਬੰਦ ਕਾਰਵਾਈ ਦੇ ਹਾਮੀ ਨਹੀਂ ਹੈਗੇ ਨਾ ਸਾਡਾ ਕੋਈ ਇਰਾਦਾ ਆ ਪਰ ਜੇ ਮੁਸਲਮਾਨਾਂ ਨਾਲ ਤੱਕਾ ਹੋਊਗਾ ਤਾਂ ਅਸੀਂ ਇੱਕ ਸਰਕਾਰ ਦੇ ਤੌਰ ਦੇ ਉੱਤੇ ਮੁਸਲਮਾਨ ਹੋਣ ਦੇ ਨਾਤੇ ਜ਼ਰੂਰ ਬੋਲਾਂਗੇ ਉਹਨਾਂ ਨੇ ਧਾਰਨ ਦਿੱਤੀ ਹੈ ਕਹਿੰਦੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਅੱਛਾ ਇਹ ਸਾਡੇ ਤੱਕ ਪਹੁੰਚੀ ਕਿਉਂਕਿ ਅਸੀਂ ਜਿਹੜਾ ਸਿੱਖਾਂ ਨੂੰ ਇੱਥੇ ਧਾਰਮਿਕ ਆਜ਼ਾਦੀ ਜਿਹੜੀ ਰੱਖਣ ਦੀ ਆਗਿਆ ਦਿੱਤੀ ਹੋਈ ਆ ਤੇ ਨਿਸ਼ਾਨ ਸਾਹਿਬ ਦੁਬਾਰਾ ਜਿਹੜਾ ਲਾਇਆ ਗਿਆ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਸੀ ਉਹਨੂੰ ਸਜ਼ਾ ਦਿੱਤੀ ਗਈ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਿੱਖਾਂ ਨੇ ਦੇਸ਼ ਵਿਦੇਸ਼ ਦੇ ਵਿੱਚੋਂ ਆਵਾਜ਼ ਉਠਾਈ ਤੇ ਅਸੀਂ ਫਿਰ ਉਹ ਆਵਾਜ਼ ਦਿੱਤੇ ਅਸਰ ਕਰਦੇ ਹਾਂ ਕੰਮ ਕੀਤਾ ਕਾਰਵਾਈ ਕੀਤੀ ਆ ਇਦਾਂ ਕਹਿੰਦੇ ਸਾਡਾ ਵੀ ਹੱਕ ਬਣਦਾ ਆ ਵੀ ਜੋ ਕਸ਼ਮੀਰ ਦੇ ਵਿੱਚ ਹੋ ਰਿਹਾ ਕਸ਼ਮੀਰ 'ਚ ਭਾਰਤ ਸਰਕਾਰ ਧੱਕਾ ਕਰ ਰਹੀ ਆ ਇੱਕ ਮੁਸਲਮਾਨ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਕਸ਼ਮੀਰ ਦੀ ਗੱਲ ਕਰੀਏ ਉਹਨਾਂ ਦੇ ਧੱਕੇ ਦੇ ਆ ਬੋਲੀਏ ਸੋ ਤਾਲੇਮਾਨ ਨੇ ਇੱਕ ਤਰ੍ਹਾਂ ਦੇ ਨਾਲ ਭਾਰਤ ਨੂੰ ਸਪੈਕਟ ਕਰ ਦਿੱਤਾ ਆ ਕਿ ਉਹ ਕਸ਼ਮੀਰ ਦੇ ਵਿੱਚ ਹਿੰਸਕ ਸੰਘਰਸ਼ ਜਗਾਂ ਜਾਂ ਕਹਿ ਲਈਏ ਵੀ ਜਿਹੜਾ ਹਥਿਆਰਬੰਦ ਹਮਲਾ ਆ ਇਹੋ ਜਿਹੀ ਕੋਈ ਤਵਜੋ ਜਾਂ ਰਾਧਾ ਨਹੀਂ ਰੱਖਦੇ ਪਰ ਜਿਹੜੀ ਗੱਲ ਕਰਨ ਵਾਲੀ ਗੱਲ ਆ ਉਹ ਜ਼ਰੂਰ ਕਰਦੇ ਰਹਿਣਗੇ ਜੀ ਸੋ ਇਹ ਗੱਲ ਜਿਹੜੀ ਆ ਬੜੀ ਚਿੰਤਾ ਵਾਲੀ ਭਾਰਤ ਲਈ ਹੋ ਸਕਦੀ ਹੈ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ